ਅਮਰੀਕਾ ਦਾ ਵੀਜ਼ਾ ਰਿਫਿਊਜ਼ ਹੋਇਆ ਤਾਂ ਪੂਰਾ ਪਰਿਵਾਰ ਪਹੁੰਚ ਗਿਆ ਏਜੰਟ ਦੇ ਦਫ਼ਤਰ। ਜੀ ਹਾਂ, ਉੱਥੇ ਜਾ ਕੇ ਹੰਗਾਮਾ ਕਰ ਦਿੱਤਾ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦਰਅਸਲ ਦੋਨੇ ਹੀ ਧਿਰਾਂ ਨੇ ਇੱਕ ਦੂਜੇ ਦੇ ਉੱਪਰ ਇਲਜ਼ਾਮ ਜਿਹੜੇ ਨੇ ਉਹ ਲਾਏ ਨੇ। ਏਜੰਟ ਦਫ਼ਤਰ ਦੇ ਮਾਲਕ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਦਾ ਅਮੈਰੀਕਾ ਦਾ ਵੀਜ਼ਾ 7 ਮਹੀਨੇ ਪਹਿਲਾਂ ਜਿਹੜਾ ਆ ਉਹ ਫੋਰਮ ਭਰਿਆ ਸੀ ਲਗਵਾਉਣ ਦੇ ਵਾਸਤੇ I-20 ਜਿਸ ਨੂੰ ਕਹਿ ਦਿੰਦੇ ਨੇ, ਤਾਂ ਉਹ ਫੋਰਮ ਭਰਿਆ, ਉਹ ਫੀਸ ਇਹਨਾਂ ਦੇ ਕੋਲੋਂ ਸਿਰਫ I-20 ਫੀਸ ਹੀ ਲਈ ਗਈ। ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ 7 ਮਹੀਨੇ ਬਾਅਦ ਵੀਜ਼ਾ ਜਿਹੜਾ ਆ ਉਹ ਰਿਫਿਊਜ਼ ਹੋ ਗਿਆ। ਤਾਂ ਜਿਸ ਦੇ ਉੱਪਰ ਪਰਿਵਾਰਕ ਮੈਂਬਰਾਂ ਨੇ ਆਣ ਕੇ ਹੰਗਾਮਾ ਕਰ ਦਿੱਤਾ ਔਰ ਗੁੰਡੇ ਜਿਹੜੇ ਆ ਬਾਹਰੋਂ ਮੰਗਾਏ ਔਰ ਸਾਡੇ ਦਫ਼ਤਰ ਦੀ ਭੰਨ ਤੋੜ ਕੀਤੀ ਹੈ। ਤਾਂ CCTV ਕੈਮਰਿਆਂ ਦੇ ਵਿੱਚ ਤਸਵੀਰਾਂ ਲੱਗੀਆਂ ਨੇ। ਮਸ਼ਹੂਰ ਏਜੰਟ ਹੈ ਆਰੀਅਨ ਅਕੈਡਮੀ ਦੇ ਉੱਪਰ ਹਮਲਾ ਕੀਤਾ ਗਿਆ। ਦੱਸ ਦਈਏ ਕਿ ਕੁਝ ਨੌਜਵਾਨ ਤੁਹਾਨੂੰ ਦਿਖਾਈ ਦੇਣਗੇ, ਇੱਕ ਨਹੀਂ ਦੋ ਨਹੀਂ ਬਲਕਿ 8 ਤੋਂ 10 ਜਾਣੇ ਜਿਹੜੇ ਹੈ ਉਹ ਇਸ ਦਫ਼ਤਰ ਦੇ ਵਿੱਚ ਪਹੁੰਚਦੇ ਹੈ ਔਰ ਹਮਲਾ ਕਰ ਦਿੰਦੇ ਹੈ। ਏਜੰਟ ਦੇ ਦਫ਼ਤਰ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ। ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਕੋਈ ਗਲਤ ਕੀਤਾ ਗਿਆ ਜਾਂ ਧੋਖਾਧੜੀ ਹੋਈ ਹੈ। ਧੋਖਾਧੜੀ ਦੇ ਮਾਮਲੇ ਦੇ ਵਿੱਚ ਇਹ ਸਾਰੀ ਦੋਨਾਂ ਧਿਰਾਂ ਵਿਚਾਲੇ ਬਹਿਸ ਹੁੰਦੀ ਹੈ ਅਤੇ ਉਸ ਤੋਂ ਬਾਅਦ ਕੁਰਸੀਆਂ ਤੱਕ ਇਸ ਦੇ ਵਿੱਚ ਚੱਲ ਜਾਂਦੀਆਂ ਨੇ। ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਜਿਹੜੀਆਂ ਮੈਡਮਾਂ ਨੇ ਉਹਨਾਂ ਦੇ ਵੱਲੋਂ ਹੱਥ ਜੋੜੇ ਜਾ ਰਹੇ ਆ। 8 ਤੋਂ 10 ਮੁੰਡੇ ਜਿਹੜੇ ਹੁੰਦੇ ਆ ਉਹ ਵੀ ਜਿਹੜੇ ਪੈ ਜਾਂਦੇ ਆ ਦਫ਼ਤਰ ਦੇ ਵਿੱਚ ਆਣ ਕੇ। ਤਾਂ ਲਾਗੇ ਪਰਿਵਾਰਕ ਮੈਂਬਰ ਨੇ ਇੱਕ ਲੜਕੀ ਦਾ ਅਮਰੀਕਾ ਦਾ ਵੀਜ਼ਾ ਲਵਾਇਆ ਸੀ, ਕਿਉਂਕਿ ਹੁਣ ਤੁਹਾਨੂੰ ਪਤਾ ਹੈ ਅਮੈਰੀਕਾ ਦਾ ਟ੍ਰੈਂਡ ਚੱਲ ਰਿਹਾ ਕਿ ਤੁਸੀਂ ਸਟੱਡੀ ਬੇਸ 'ਤੇ F-1 ਵੀਜ਼ਾ ਲਵਾ ਲੈਂਦੇ ਹੋ, ਜ਼ਿਆਦਾ ਪੈਸੇ ਨਹੀਂ ਭਰਨੇ ਪੈਂਦੇ, ਇੰਨੇ ਪੈਸਿਆਂ ਦੇ ਵਿੱਚ ਵੀਜ਼ਾ ਲੱਗਦਾ ਤਾਂ ਅਮਰੀਕਾ ਜਾਓ। ਤਾਂ ਇਸੇ ਤਰ੍ਹਾਂ ਇਸ ਲੜਕੀ ਨੇ ਵੀ ਇੱਥੋਂ ਆਰੀਅਨ ਅਕੈਡਮੀ ਤੋਂ ਆਪਣਾ ਵੀਜ਼ਾ ਜਿਹੜਾ ਆ ਉਹ ਲਵਾਇਆ ਹੋਊਗਾ ਜਾਂ ਡਾਕੂਮੈਂਟ ਦਿੱਤੇ ਹੋਣਗੇ ਜਾਂ ਉਹ ਪ੍ਰੋਸੈਸ ਸ਼ੁਰੂ ਕੀਤਾ ਹੋਊਗਾ, ਪਰ ਵੀਜ਼ਾ ਨਹੀਂ ਲੱਗਿਆ। ਜਿਸ ਤੋਂ ਬਾਅਦ ਦੇ ਵਿੱਚ ਪਰਿਵਾਰਕ ਮੈਂਬਰ ਜਿਹੜੇ ਆ ਉਹ ਇੱਥੇ ਆਣ ਕੇ ਅਤੇ ਏਜੰਟ ਦੇ ਦੁਆਲੇ ਹੋ ਜਾਂਦੇ। ਏਜੰਟ ਦੇ ਦਫ਼ਤਰ ਦੇ ਵਿੱਚ ਭੰਨ ਤੋੜ ਕੀਤੀ ਜਾਂਦੀ ਹੈ, ਸਟਾਫ ਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ, ਚੁੱਕ ਚੁੱਕ ਕੇ ਕੁਰਸੀਆਂ ਮਾਰੀਆਂ ਜਾਂਦੀਆਂ ਨੇ। ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ। ਹੁਣ ਜਿਹੜਾ ਟਰੈਵਲ ਏਜੰਟ ਹੈ ਉਹਨਾਂ ਦੇ ਵੱਲੋਂ FIR ਜਿਹੜੀ ਆ ਦਰਜ ਕਰਵਾਈ ਗਈ ਹੈ, ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਸਾਡੇ ਨਾਲ ਇਸ ਤਰੀਕੇ ਦਾ ਵਿਵਹਾਰ ਕੀਤਾ ਗਿਆ, ਗੁੰਡੇ ਬੁਲਾ ਕੇ ਸਾਡੇ 'ਤੇ ਹਮਲਾ ਕੀਤਾ ਗਿਆ। ਦੂਜੀ ਧਿਰ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਨਾਲ ਇੱਕ ਤਰ੍ਹਾਂ ਦੀ ਧੋਖਾਧੜੀ ਕੀਤੀ ਗਈ ਹੈ। ਹਾਲਾਂਕਿ ਇਸ ਦੇ ਵਿੱਚ ਜਾਂਚ ਹੁਣ ਪੁਲਿਸ ਨੇ ਕਰਨੀ ਹੈ ਕਿ ਆਖਿਰਕਾਰ ਧੋਖਾਧੜੀ ਕਿਸ ਤਰੀਕੇ ਦੀ ਹੋਈ ਹੈ, ਕਿ ਕੋਈ ਟ੍ਰੇਨਿੰਗ ਨਹੀਂ ਦਿੱਤੀ ਗਈ, ਕੋਈ ਕਲਾਸਿਸ ਨਹੀਂ ਇੰਟਰਵਿਊ ਦੀਆਂ ਲਗਾਈਆਂ ਗਈਆਂ ਜਾਂ ਫੀਸ ਸਹੀ ਢੰਗ ਦੇ ਨਾਲ ਨਹੀਂ ਭਰੀ ਗਈ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਸਿਰਫ I-20 ਫੀਸ ਹੀ ਪਹਿਲਾਂ ਲਈ ਸੀ, ਹੋਰ ਪਹਿਲਾਂ ਕੋਈ ਫੀਸ ਜਿਹੜੀ ਹੈ ਉਹ ਨਹੀਂ ਲਈ। ਪਰ ਇਹਦੇ ਵਿੱਚ ਹੁਣ ਜਾਂਚ ਦਾ ਵਿਸ਼ਾ ਜ਼ਰੂਰ ਬਣ ਚੁੱਕਾ ਪੁਲਿਸ ਦੇ ਵਾਸਤੇ ਕਿ ਆਖਿਰਕਾਰ ਕਿਸ ਕਿਸਮ ਦੀ ਧੋਖਾਧੜੀ ਇਹਦੇ ਵਿੱਚ ਕੀਤੀ ਹੈ। ਪਰ CCTV ਦੇ ਵਿੱਚ ਮੌਕੇ 'ਤੇ ਹੰਗਾਮੇ ਦੀਆਂ ਤਸਵੀਰਾਂ ਕੈਦ ਹੋ ਚੁੱਕੀਆਂ ਨੇ, ਕਿਵੇਂ ਚੁੱਕ ਚੁੱਕ ਕੇ ਕੁਰਸੀਆਂ ਇੱਕ ਦੂਜੇ ਦੇ ਉੱਪਰ